ਬਾਅਦ ਬਾਅਦ ਆਇਆ ਤੇ ਮੇਰੀ ਭੈਣ ਨੂੰ ਪਤਾ ਤੇਜ਼ਾਬ ਫੁੱਟ ਗਿਆ ਕਹਿੰਦਾ ਜੇ ਤੂੰ ਮੇਰਾ ਵਿਆਹ ਨਹੀਂ ਕਰਾਉਣਾ ਤਾਂ ਤੇਰਾ ਕਿਤੇ ਨਹੀਂ ਵਿਆਹ ਹੋਣਾ ਮੈਂ ਗੁਰਦਾਸਪੁਰ ਵਿੱਚ ਸਿਰਫਿਰੇ ਆਸ਼ਕ ਨੇ ਪ੍ਰੇਮ ਸੰਬੰਧ ਨਾ ਬਣਾਉਣ ਤੇ ਲੜਕੀ ਤੇ ਕੀਤਾ ਹਮਲਾ ਲੜਕੀ ਦੇ ਪਿਤਾ ਦੀ ਤੋੜੀ ਲੱਤ ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਇੱਕ ਸਿਰਫਿਰੇ ਆਸ਼ਕ ਨੇ ਪ੍ਰੇਮ ਸੰਬੰਧ ਨਾ ਬਣਾਉਣ ਤੇ ਲੜਕੀ ਸਮੇਤ ਪਰਿਵਾਰ ਤੇ ਕੀਤਾ ਹਮਲਾ ਲੜਕੀ ਦੇ ਪਿਤਾ ਦੀ ਤੋੜੀ ਲੱਤ ਅਤੇ ਲੜਕੀ ਤੇ ਕੀਤਾ ਤੇਜ਼ਾਬੀ ਹਮਲਾ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਪੀੜਤ ਪਰਿਵਾਰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਨਹੀਂ ਕੀਤਾ ਮਾਮਲਾ ਦਰਜ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਆਰੋਪ ਲਗਾਉਂਦੇ ਹੋਏ ਦੱਸਿਆ ਕਿ ਪਿੰਡ ਦਾ ਹੀ ਇੱਕ ਲੜਕਾ ਪਾਰਸ ਉਸਨੂੰ 1 ਸਾਲ ਤੋਂ ਪਰੇਸ਼ਾਨ ਕਰਦਾ ਆ ਰਿਹਾ ਸੀ ਅਤੇ ਉਸ ਨਾਲ ਜ਼ਬਰਦਸਤੀ ਪ੍ਰੇਮ ਸੰਬੰਧ ਬਣਾਉਣਾ ਚਾਹੁੰਦਾ ਸੀ ਜਦ ਉਸ ਲੜਕੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਨੇ ਵੀ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਪਰਿਵਾਰ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਸਿਰਫਿਰੇ ਆਸ਼ਕ ਪਾਰਸ ਨੇ ਆਪਣੇ ਕੁਝ ਸਾਥੀਆਂ ਸਮੇਤ ਉਸਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਅਤੇ ਉਸਦੇ ਪਿਤਾ ਦੀ ਲੱਤ ਤੋੜ ਦਿੱਤੀ ਜਿਸ ਤੋਂ ਬਾਅਦ ਉਸਨੇ ਉਸਦੇ ਭਰਾ ਦੇ ਵੀ ਸੱਟ ਲਾ ਦਿੱਤੀ ਅਤੇ ਲੜਕੀ ਦੇ ਕਹਿਣ ਮੁਤਾਬਕ ਉਸ ਉੱਪਰ ਸਿਰਫਿਰੇ ਆਸ਼ਕ ਨੇ ਤੇਜ਼ਾਬ ਸੁੱਟ ਦਿੱਤਾ ਜੋ ਕਿ ਉਸਦੀਆਂ ਲੱਤਾਂ ਅਤੇ ਬਾਹਾਂ ਉੱਪਰ ਪੈ ਗਿਆ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਹੁਣ ਪੀੜਤ ਪਰਿਵਾਰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਲੜਕੇ ਦਾ ਰਿਸ਼ਤੇਦਾਰ ਪੁਲਿਸ ਮਹਿਕਮੇ ਵਿੱਚ ਹੋਣ ਕਾਰਨ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ 10 ਦਿਨ ਬੀਤ ਜਾਣ ਤੋਂ ਬਾਅਦ ਵੀ ਦੋਸ਼ੀ ਉੱਪਰ ਮਾਮਲਾ ਦਰਜ ਨਹੀਂ ਹੋਇਆ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ ਦੂਜੇ ਪਾਸੇ ਜਦ SHO ਤਿੱਬੜ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਲੜਕੀ 'ਤੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਲੜਕੀ ਦਾ ਕਹਿਣਾ ਹੈ ਕਿ ਉਸ ਉੱਪਰ ਤੇਜ਼ਾਬੀ ਹਮਲਾ ਹੋਇਆ ਹੈ ਮੈਡੀਕਲ ਰਿਪੋਰਟ ਆਉਣ ਅਨੁਸਾਰ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਅਤੇ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਹੀ ਪੁਲਿਸ ਹਰਕਤ ਵਿੱਚ ਆਈ ਅਤੇ ਲੜਕੀ ਦੇ ਬਿਆਨ ਕਰਨ ਪਹੁੰਚੀ ਮੇਰੀ ਭੈਣ ਜਾਂਦੀ ਸੀ ਮਤਲਬ ਫੰਕਸ਼ਨ 'ਤੇ ਅਤੇ ਮਤਲਬ ਜੋ ਸਕੂਲ ਹੋ ਗਿਆ ਸੀ ਫੰਕਸ਼ਨ 'ਤੇ ਉੱਥੇ ਫੋਟੋ ਖਿੱਚੀ ਇਹਨਾਂ ਨੇ ਅਤੇ ਮੇਰੀ ਭੈਣ ਨੂੰ ਕੀਤਾ ਬਲੈਕਮੇਲ ਠੀਕ ਆ ਅਤੇ ਉਹ ਬਲੈਕਮੇਲ ਕੀਤਾ ਅਤੇ ਉਹ ਕਹਿੰਦਾ ਮੈਨੂੰ ਵਿਆਹ ਕਰਾ ਮੇਰੀ ਸਿਸਟਰ ਕਹਿੰਦੀ ਮੈਂ ਹਾਂ ਆਪਾਂ ਮੈਂ ਤੇਰੇ ਵਿਆਹ ਨਹੀਂ ਕਰਾਉਣਾ ਇੱਥੇ ਮੇਰੇ ਘਰ ਦੇ ਗਿਆ ਮੈਂ ਉੱਥੇ ਕਰਾਉਣਾ ਵਾ ਠੀਕ ਆ ਚਲੋ ਸਿਸਟਰ ਨੇ ਕਿਹਾ ਅਤੇ ਉਹਨੇ ਕੁਛ ਨਹੀਂ ਕੀਤਾ ਅਤੇ ਮੈਂ ਆਪਾਂ ਦੋ ਸਾਲ ਭੈਣ ਦਾ ਰਿਸ਼ਤਾ ਕੀਤਾ ਉਹਨੂੰ ਉੱਥੇ ਹਟਾ ਦਿੱਤਾ ਆਪਾਂ ਸੋਚਿਆ ਕਿ ਚਲੋ ਕੀ ਪਏ ਹਟਾਇਆ ਕਿਹਨੇ ਹਟਾਇਆ ਆਪਾਂ ਕੋਈ ਗੌਰ ਨਹੀਂ ਕੀਤੀ ਠੀਕ ਆ ਅਤੇ ਹੁਣ ਤੀਜੀ ਦਾ ਰਿਸ਼ਤਾ ਕੀਤਾ ਪਰ ਉੱਥੇ ਧਮਕੀ ਦੇ ਆ ਮੁੰਡਿਆਂ ਨੂੰ ਰਿਸ਼ਤਾ ਕੀਤਾ ਉਹਨੇ ਉੱਥੇ ਚੁੱਕ ਲਿਆਉਣੀ ਆ ਅਤੇ ਬਾਅਦ 'ਚ ਆਇਆ ਤਾਂ ਮੇਰੀ ਭੈਣ ਉੱਪਰ ਨਾ ਤੇਜ਼ਾਬ ਫੁੱਟ ਗਿਆ ਕਹਿੰਦਾ ਜੇ ਤੂੰ ਮੇਰਾ ਵਿਆਹ ਨਹੀਂ ਕਰਾਉਣਾ ਤਾਂ ਮੇਰਾ ਕਿਤੇ ਨਹੀਂ ਵਿਆਹ ਹੋਣ ਦੇਣਾ ਠੀਕ ਆ ਇਹ ਨਹੀਂ ਗੱਲ ਤਾਂ ਮੈਂ ਇੱਕ ਦਿਨ ਮੈਂ ਬਾਹਰ ਗਿਆ ਗਲੀ 'ਚ ਆਪਣੀ 'ਚ ਗਲੀ 'ਚ ਮੈਨੂੰ ਮਿਲਿਆ ਉਹਨੂੰ ਪੁੱਛਿਆ ਮੈਂ ਯਾਰ ਤੂੰ ਕੀ ਕੰਮ ਕਰਦਾ ਪਿਆ ਮੈਂ ਆਪਾਂ ਇੱਕੋ ਘਰ ਵਾਂ ਮੈਂ ਤੂੰ ਮੇਰੇ ਭਰਾ ਵਰਗਾ ਵਾਂ ਆਪਾਂ ਸਿਰ ਕਰਕੇ ਘਰ ਭਰਾ ਲੱਗਦੇ ਆਪਾਂ ਮੈਂ ਤੂੰ ਇਹ ਕੰਮ ਕਰਦਾ ਵਾਂ ਮੈਂ ਉਹਨੇ ਮੇਰੇ ਤੋਂ ਵਾਰ ਕਰਤਾ ਅਤੇ ਮੇਰੇ ਸਿਰ 'ਤੇ ਸੱਟ ਲਾਤੀ ਪਿੱਛੋਂ ਠੀਕ ਆ ਜੋ ਕਿ ਮੇਰੇ 3 ਟੰਗ ਲੱਗੇ ਠੀਕ ਆ ਉਸ ਤੋਂ ਬਾਅਦ ਆਪਾਂ ਥਾਣੇ ਰਿਪੋਰਟ ਦਿੱਤੀ ਠੀਕ ਆ ਉੱਥੇ ਥਾਣੇ ਵਾਲਿਆਂ ਨੇ ਇੱਥੇ ਡਾਕਟਰ ਨੇ ਨੋਰਮਲ ਲਿਖ ਕੇ ਭੇਜਤਾ ਕਹਿੰਦੇ ਕੋਈ ਚੱਕਰ ਨਹੀਂ ਕੁਛ ਨਹੀਂ ਆ ਨਾ ਹੀ ਥਾਣੇ ਸੁਣਵਾਈ ਹੋਈ ਨਾ ਇੱਥੇ ਹੋਈ ਅਤੇ ਉਸ ਤੋਂ ਬਾਅਦ ਸਾਡਾ ਰਿਸ਼ਤਾ ਹੋਇਆ ਸੀ 30 ਦਿਨ ਮੈਰਿਜ ਸੀ ਠੀਕ ਆ ਅਤੇ ਕੱਲ੍ਹ ਦਿਨ 29 ਤਰੀਕ ਨੂੰ ਉਹਨਾਂ ਨੇ ਘਰ ਆਣ ਕੇ ਮੇਰੀ ਭੈਣ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਪਾਪਾ 'ਤੇ ਅਟੈਕ ਕੀਤਾ ਮੈਂ ਘਰ ਨਹੀਂ ਸੀ ਉਹਨਾਂ ਨੇ ਧਮਕੀਆਂ ਦਿੱਤੀਆਂ ਮੇਰੇ ਪਿਓ ਦੀ ਲੱਤ ਤੋੜਤੀ ਠੀਕ ਆ ਉੱਧਰੋਂ ਰਿਵਾਲਵ ਕੱਢੇ ਕਹਿੰਦਾ ਜੇ ਤੂੰ ਥਾਣੇ ਗਿਆ ਤਾਂ ਵਿੱਚ ਸਾਰਾ ਟੱਬਰ ਦਾ ਕਲਾਕ ਕਲਾਕ ਫੂਕ ਦਾਂਗਾ ਕਹਿੰਦਾ ਮੈਂ ਹਾਈ ਕੋਰਟ 'ਚ ਕਹਿੰਦਾ ਗੋਲੀ ਚਲਾਈ ਆ ਕਹਿੰਦਾ ਮੇਰਾ ਪਿਓ ASC ਮੇਰੇ ਮਗਰ ਵਾ ਕਹਿੰਦਾ ਰਮਨ ਕੁਮਾਰ ਕਹਿੰਦਾ ਮੇਰੇ ਮਗਰ ਵਾ ਕਹਿੰਦਾ ਮੇਰੇ ਪਿਓ ਨੇ ਮੈਨੂੰ ਕਿਹਾ ਵਾ ਕਿ ਤੂੰ ਜਿੱਥੇ ਮੈਂ ਗੋਲੀ ਚਲਾਇਆ ਕਹਿੰਦਾ ਮੈਂ ਤੈਨੂੰ ਚਲਾਵਾਂਗਾ ਅਤੇ ਕਹਿੰਦਾ ਮੇਰਾ ਪਿਓ ਹੈਗਾ ਤੇਰੇ ਮਗਰ ਕੌਣ ਆ ਕਿਹਾ ਤੂੰ ਮਜ਼ਦੂਰ ਕਹਿੰਦਾ ਰੋਟੀ ਪੂਰੀ ਹੁੰਦੀ ਠੀਕ ਘੱਟ ਗਏ ਚੱਲ ਪੁਲਿਸ ਕੋਲ ਆਪਾਂ ਗਏ ਥਾਣੇ ਉਹ ਕਹਿੰਦੇ ਪਹਿਲਾਂ MLA ਲਿਖ ਕੇ ਲਿਆਓ ਹੁਣ MLA ਕੱਲ੍ਹ ਦੀ ਕਹਿੰਦਾ ਇੱਥੇ ਡਾਕਟਰ ਨੂੰ ਪੁੱਛਿਆ ਡਾਕਟਰ ਕਹਿੰਦੇ ਭੇਜ ਦਿੱਤੀ ਆ ਹਾਲੇ ਤੱਕ ਸਾਡੀ ਕੋਈ ਕਾਰਵਾਈ ਨਹੀਂ ਇਹਦਾ ਪਿਓ ਪੁਲਿਸ 'ਚ ਮੁੰਡਾ ASI ਆ ਰਮਨ ਕੁਮਾਰ ਮੁੰਡਾ ਤਿੱਬੜ ਦਾ ਵਾ ਤੇਜਪਤੀ ਚੌਂਕ ਆ ਠੀਕ ਆ ਪਿਓ ਦਾ ASI ਆ ਜੋ ਕਿ ਇਹ ਕੰਮ ਗੈਂਗਸਟਰ ਦੇ ਕੰਮ ਕਰਦਾ ਵਾ ਅੱਗੇ ਨਾ ਹਾਈ ਕੋਰਟ ਗੋਲੀ ਚਲਾਈ ਸੀ ਠੀਕ ਆ ਜੋ ਕਿ ਗੈਂਗਸਟਰ ਨੂੰ ਮੈਂ 2 ਨੰਬਰ ਕੰਮ ਕਰਦਾ ਇੱਕ ਦੂਰ ਇੱਕ ਕੁੜੀ ਨੂੰ ਬਹੁਤ ਤੰਗ ਪਿਆ ਕਰਦਾ ਸੀ ਗੋਲੀ ਚੁਕਾਉਂਦਾ ਸੀ ਗੋਲੀ ਦਿਖਾ ਕੇ ਗਲਤ ਫੋਟੋਆਂ ਖਿਚਾਈਆਂ ਸਾਡੀ ਕੁੜੀ ਕੋਲ ਠੀਕ ਆ ਸਾਡੇ ਉੱਧਰ ਕੁੜੀ ਤੇਜ਼ਾਬ ਕਰਦੇ ਸਾਡੀ ਕੁੜੀ ਨੇ ਡਰਦੇ ਬਾਰੇ ਦੱਸਿਆ ਨਹੀਂ ਕਿ ਮਤਲਬ ਕਿ ਮੇਰੇ ਭਰਾ ਨੂੰ ਮਾਰਦੇ ਹੁਣ ਕੱਲ੍ਹ ਜ਼ਿਆਦਾ ਹੱਦ ਹੋ ਗਈ ਜੋ ਕਿ ਮੇਰੇ ਸਾਡੇ ਘਰ ਮਾਣ ਆ ਗਿਆ ਅਤੇ ਫਿਰ ਸਾਡੀ ਭੈਣ ਦੱਸਿਆ ਕਿ ਮੇਰੇ ਪਰ ਤੇਜ਼ਾਬ ਫੁੱਟਿਆ ਵਾ ਅਤੇ ਮੈਂ ਅੱਗੇ ਰਿਕੁਐਸਟ ਕਰਦਾ ਵਾਂ ਕਿ ਸਾਡੀ ਅਪੀਲ ਸੁਣੀ ਜਾਵੇ ਪਾਰਸ ਮੈਨੂੰ ਤੰਗ ਕਰਦਾ ਠੀਕ ਹੈ ਨਾ ਉਹ ਮੈਂ ਉਹਨੂੰ ਕਹਿੰਦਾ ਕਿ ਮੇਰੇ ਨਾਲ ਫਰੈਂਡਸ਼ਿਪ ਕਰ ਪਰ ਮੈਂ ਨਹੀਂ ਕਿਹਾ ਮੈਂ ਕਿਹਾ ਮੈਂ ਨਹੀਂ ਕਰਨੀ ਹੈਗੀ ਤੇਰੇ ਨਾਲ ਫਰੈਂਡਸ਼ਿਪ ਫਿਰ ਵੀ ਜ਼ਬਰਦਸਤੀ ਮੇਰੇ ਨਾਲ ਕਰਦਾ ਸੀ
ਕਿ ਮੈਂ ਇਹਨਾਂ ਫਰੈਂਡਸ਼ਿਪ ਕਰ ਮੈਂ ਨਹੀਂ ਕਰਨੀ ਤੇਰਾ ਫਰੈਂਡਸ਼ਿਪ ਤੇ ਉਹਨੇ ਨਾ ਕੀ ਕੀਤਾ ਮੈਨੂੰ ਮਤਲਬ ਕਿ ਕਹਿੰਦੇ ਨਹੀਂ ਕਰਨੀ ਹੈਗੀ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਤੇ ਮੈਂ ਤੇਰਾ ਕਿਤੇ ਹੋਣ ਵੀ ਨਹੀਂ ਦੇਣਾ ਹੈਗਾ ਤੇ ਉਹਨੇ ਮੇਰੇ ਤੇ ਨਾ ਆਪਣੇ ਮਾਮੇ ਦੇ ਮੁੰਡੇ ਸੀ ਕਿੰਨੀਆਂ ਨੇ ਬਾਈਕ 'ਤੇ ਲੈ ਕੇ ਲੰਘੇ ਉਹਨੇ ਮੇਰੀ ਐਸਿਡ ਸੁੱਟ ਕੇ ਚਲ ਗਏ ਐਸਿਡ ਮੇਰੇ ਮੂੰਹ ਸੁੱਟ ਲੱਗੀ ਮੇਰੇ ਮੂੰਹ ਇੱਧਰ ਉੱਚ ਹੋ ਗਿਆ ਪਰ ਮੇਰੀ ਸਾਈਡ ਸੁੱਟ ਕੇ ਚਲ ਗਏ ਅਤੇ ਮੈਂ ਉਸ ਟਾਈਮ ਮਤਲਬ ਕਿ ਮੈਂ ਘਰਦਿਆਂ ਨੂੰ ਨਹੀਂ ਦੱਸਿਆ ਹੈਗਾ ਮੈਂ ਇਸ ਤਰ੍ਹਾਂ ਦੀ ਮਤਲਬ ਕਿ ਫੁੱਲ ਬਾਜੂ ਵਾਲੇ ਕੱਪੜੇ ਪਾ ਛੱਡੇ ਅਤੇ ਇਹਨਾਂ ਨੇ ਕਹਿਣਾ ਕਿ ਤੂੰ ਫੁੱਲ ਬਾਜੂ ਵਾਲੇ ਕੱਪੜੇ ਪਾਉਂਦੇ ਨਹੀਂ ਅਤੇ ਮੈਂ ਫਿਰ ਫੁੱਲ ਬਾਜੂ 'ਚ ਰਹਿਣਾ ਅਤੇ ਫਿਰ ਇਹਨਾਂ ਸਰ ਇਹ ਬਹੁਤ ਮੈਨੂੰ ਬਲੈਕਮੇਲ ਕਰਦਾ ਰਿਹਾ ਵਾ ਕਹਿੰਦਾ ਤੂੰ ਮੇਰੇ ਫਰੈਂਡਸ਼ਿਪ ਕਰ ਮੈਂ ਨਹੀਂ ਕਰਨੀ ਹੈਗੀ ਐਸਿਡ ਸੁੱਟਣ ਤੋਂ ਬਾਅਦ ਕਹਿੰਦਾ ਹੁਣ ਫਿਰ ਗੰਨ ਕੱਢ ਲਈ ਕਹਿੰਦਾ ਕੀ ਮਤਲਬ ਤੁਸੀਂ ਲੰਘ ਗਿਆ ਲੰਘਦਾ ਕਹਿੰਦਾ ਕਹਿੰਦਾ ਹੁਣ ਤੇਰੇ ਪਿਓ ਨੂੰ ਤੇ ਭਰਾ ਨੂੰ ਮਾਰਨਾ ਵਾ ਜਾਂਦੇ ਜਾਂਦਾ ਫਿਰ ਕਹਿ ਗਿਆ ਉਸ ਵੇਲੇ ਬਾਈਕ ਮੋੜ ਕੇ ਮੈਂ ਕੁਛ ਨਹੀਂ ਬੋਲੀ ਮੈਂ ਕਿਹਾ ਮੇਰੇ ਭਰਾ ਨੂੰ ਤੇ ਪਿਓ ਹੁਣ ਮਾਰਨਾ ਫਿਰ ਮੇਰੇ ਇਹਨਾਂ ਨੇ 2-3 ਦਿਨ ਹੋ ਗਏ ਮੈਂ ਨਾ ਮਤਲਬ ਕਿ ਨਹਾਉਣ ਲੱਗੀ ਅਤੇ ਮੰਮੀ ਹੁਣ ਦੇਖਿਆ ਕੀ ਹੋਇਆ ਤੇਰੇ ਮੈਂ ਕੁਛ ਨਹੀਂ ਤੇ ਮਤਲਬ ਕਿ ਚੱਲ ਗਈ ਸੀ ਅਤੇ ਕਹਿੰਦੇ ਨਹੀਂ ਹੈ ਜਲਨ ਜਲੀ ਤਾਂ ਹੈ ਹੀ ਨਹੀਂ ਜਲੀ ਹੁੰਦੀ ਤੂੰ ਮੈਨੂੰ ਆਵਾਜ਼ ਦੇ ਨਹੀਂ ਸੀ ਮੈਂ ਕਿਹਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਅਤੇ ਉਹਨਾਂ ਨੇ ਨਾ ਇਸ ਤੋਂ ਬਾਅਦ ਮੇਰੇ ਭਰਾ ਦੇ ਅਤੇ ਮੇਰੇ ਪਿਓ ਦੇ ਦੋਨਾਂ 'ਤੇ ਅਟੈਕ ਕੀਤਾ ਅਤੇ ਸਾਡੇ ਪਿੰਡ 'ਚ ਇੱਥੇ ਬਟ ਕਿਸੇ ਨੇ ਸੁਣਵਾਈ ਨਹੀਂ ਪੁਲਿਸ ਵਾਲੇ ਨੇ ਕੀਤੀ ਸਭ ਰਲੇ ਹੋਏ ਨੇ ਅਤੇ ਇਸ ਲਈ ਮੈਂ ਤੁਹਾਨੂੰ ਕਹਿੰਦੀ ਜੇ ਅਗਰ ਉਹ ਸਾਡੀ ਸੁਣਵਾਈ ਨਾ ਹੋਈ ਤਾਂ ਮੈਂ ਕੁਛ ਖਾ ਕੇ ਮਰ ਜਾਵਾਂਗੀ ਅਤੇ ਉਹਨਾਂ ਦੇ ਜ਼ਿੰਮੇਵਾਰ ਲੱਗ ਜਾਵਾਂਗੀ ਬਸ ਮੇਰੇ ਪਾਪਾ 'ਤੇ ਕੱਲ੍ਹ ਅਟੈਕ ਕੀਤਾ ਬ੍ਰਦਰ ਦੇ ਥੋੜ੍ਹਾ ਇੱਕ ਮਤਲਬ ਕਿ ਹਫ਼ਤਾ ਹੀ ਹੋਇਆ ਵਾ ਜੇ ਮੇਰੇ ਬ੍ਰਦਰ ਨੇ ਕੀਤਾ ਉਹਦੇ ਟਾਂਕੇ ਲੱਗੇ ਇੱਥੇ ਦੇ ਹੋਸਪਿਟਲ ਵਾਲੇ ਨੇ ਲਿਖਿਆ ਕਿ ਇਹ ਟਾਂਕੇ 'ਤੇ ਇਹ ਬਿਲਕੁਲ ਵੀ ਕੁਛ ਵੀ ਨਹੀਂ ਹੈਗਾ ਨੋਰਮਲ ਰਿਪੋਰਟ ਆ ਅੱਜ ਦੇ ਦਿਨ ਮੇਰੀ ਮੈਰਿਜ ਸੀ ਉੱਥੇ ਧਮਕੀ ਦੇ ਕੇ ਕਹਿੰਦਾ ਮੈਂ ਮਤਲਬ ਕਿ ਤੁਸੀਂ ਮੈਰਿਜ ਕਰੋਗੇ ਤਾਂ ਅਸੀਂ ਤਾਂ ਚੁੱਕ ਕੇ ਲੈ ਜਾਵਾਂਗੇ ਇੱਥੋਂ ਕੁੜੀ ਮੇਰੇ 'ਤੇ ਅਟੈਕ ਤਾਂ ਕੀਤਾ ਕਹਿੰਦਾ ਕਿ ਤੁਸੀਂ ਮੇਰੇ ਨਾਲ ਮੇਰੇ ਮੈਰਿਜ ਕਰਵਾਓ ਮੈਂ ਕਿਹਾ ਮੈਂ ਤੇਰੇ ਮੈਰਿਜ ਨਹੀਂ ਕਰਵਾਉਣੀ ਮੇਰੇ ਪੇਰੈਂਟਸ ਜਿੱਥੇ ਕਹਿਣਗੇ ਮੈਂ ਉੱਥੇ ਮੈਰਿਜ ਕਰਵਾਉਣੀ ਮੇਰੇ ਡੈਡੀ 'ਤੇ ਰਾਤੀ ਕੀਤਾ ਅਟੈਕ ਅੱਛਾ ਉਹਨੂੰ ਪਤਾ ਕਿ ਸਵੇਰੇ ਮੈਰਿਜ ਆ ਠੀਕ ਹੈ ਨਾ ਤੂੰ ਕਿੰਨੇ ਜਣੇ ਲੈ ਕੇ ਆਇਆ ਸੀ ਅੰਦਰ ਮੈਂ ਸੀ ਅੰਦਰ ਕੇ ਮੈਨੂੰ ਘੇਰ ਲੈਦਾ ਸੀ ਬਾਹਰ ਮੇਰੇ ਪਾਪਾ ਨੂੰ ਘੇਰ ਲੈਦਾ ਸੀ ਮੈਨੂੰ ਮੈਂ ਮਤਲਬ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਮੈਨੂੰ ਬਚਾਉਣ ਕਿੰਨੇ ਜਣੇ ਕਾਫੀ ਜਣੇ ਆਏ ਸੀ ਅਤੇ ਬਾਹਰ ਉਹਦੇ ਮਤਲਬ ਕਿ ਜਿਹੜੇ ਮਤਲਬ ਕਿ ਉਹਦੇ ਮਾਮਾ ਹੀ ਮੁੰਡੇ ਸੀ ਮਾਮਾ ਹੀ ਜੋ ਵੀ ਮੇਰੇ ਪਾਪਾ ਨੂੰ ਮਾਰ ਮੁੱਕ ਕੇ ਅਤੇ ਚਲੇ ਗਏ ਉਹ ਪੁਲਿਸ ਵਿੱਚ ਵਾ ਰਮਨ ਉਹ ਰਲੇ ਤੁਹਾਨੂੰ ਉਹ ਆਖੋ ਤਾਂ ਨਹੀਂ ਅੱਗੇ ਆਉਂਦਾ ਇਹਨਾਂ ਨੂੰ ਅੱਗੇ ਸ਼ਹਿਰ ਦੇ ਦਿੰਦਾ ਪੁਲਿਸ ਕੁਛ ਨਹੀਂ ਕਹਿੰਦੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਹੈ ਮੇਰੀ ਮੰਗ ਇਹ ਹੈ ਕਿ ਇਹਨੂੰ ਚੰਗੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਗਰ ਜੇ ਤੁਸੀਂ ਸਜ਼ਾ ਨਹੀਂ ਦਿਓਗੇ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ ਅਤੇ ਮੈਂ ਫਿਰ ਸਾਰੇ ਦੇ ਜ਼ਿੰਮੇਵਾਰ ਲੱਗ ਜਾਵਾਂਗੀ ਠੀਕ ਹੈ ਨਾ ਸਾਰਿਆਂ ਨੇ ਸਾਨੂੰ ਦੱਸਿਆ ਨਹੀਂ ਵੀ ਕੀ ਗੱਲਬਾਤ ਕੀ ਨਹੀਂ ਸਾਨੂੰ ਇੰਨਾ ਅੱਜ ਤੱਕ ਨਹੀਂ ਪਤਾ ਲੱਗਾ ਵੀ ਕਿੱਦਾਂ ਕਿ ਰਿਸ਼ਤੇ ਸਾਈਡ ਟੁੱਟਦੇ ਆ ਸਾਨੂੰ ਤਾਂ ਅੱਜ ਪਤਾ ਲੱਗਾ ਵੀ ਉਹ ਮੁੰਡਾ ਨੇ ਅਟੈਕ ਕੀਤੇ ਮੇਰੇ ਮੁੰਡੇ 'ਤੇ ਕੀਤੇ ਪਹਿਲਾਂ ਇਹਨੇ ਸਾਡੇ ਕੁੜੀ ਦੇ ਉੱਤੇ ਕੀਤਾ ਅਟੈਕ ਸਾਨੂੰ ਨਹੀਂ ਦੱਸਿਆ ਇਹਨੇ ਮੁੰਡੇ ਦੇ ਉੱਤੇ ਕੀਤਾ ਤਾਂ ਕਿ ਕਿਉਂ ਕੀਤਾ ਵੀ ਕੀ ਗੱਲ ਹੋਈ ਆ ਸਹੀ ਕਿ ਮੁੰਡੇ ਮੁੰਡੇ ਲੜ ਪਏ ਹੋਣਗੇ ਅਤੇ ਸਾਨੂੰ ਤਾਂ ਪਤਾ ਲੱਗਾ ਵੀ ਸਾਡੀ ਕੁੜੀ ਦੇ ਚੱਕਰ ਵਿੱਚ ਮੁੰਡੇ ਨੂੰ ਮਾਰਿਆ ਵਾ ਵੀ ਤੈਨੂੰ ਮੈਂ ਮਾਰ ਦੇਣਾ ਵਾ ਫਿਰ ਮੇਰੇ ਘਰ ਵਾਲੇ ਨੂੰ ਉਹਦਾ ਲੱਤ ਤੋੜ ਦਿੱਤੀ ਦੀ ਹੁਣ ਉਹਦੇ ਪੇ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ ਸਰ ਦੋਨੇ ਜਾਣੇ ਤਿੱਬੜ ਦਾ ਸਰ ਪਾਰਸ ਸਰ ਮੇਰੀ ਬੇਟੀ ਗਵਾਹ ਕਰਦਾ ਵਾ ਉਹ ਕਹਿੰਦਾ ਮੇਰੇ ਨਾਲ ਸ਼ਾਦੀ ਕਰਾ ਅਸੀਂ ਸਰ ਸਾਡੀ ਜਿੰਨੀ ਦੇਰ ਹੋ ਸਕਦਾ ਸਰਬ ਸਜ਼ਾ ਦਿੱਤੀ ਜਾਵੇ ਸਾਡੀ ਕਾਰਵਾਈ ਕੋਈ ਨਹੀਂ ਹੋਈ ਅਸੀਂ ਬੜੀ ਸੁਣਾਈ ਕੀਤੀ ਸਾਡੀ ਕਾਰਵਾਈ ਕੋਈ ਨਹੀਂ ਹੋਈ ਸਰ ਫਿਰ ਅਸੀਂ ਸਾਰਾ ਟੱਬਰ ਕੁਛ ਖਾ ਕੇ ਮਰ ਜਾਂਦੇ ਸਰ ਜੇ ਸਾਡੀ ਸੁਣਾਈ ਨਹੀਂ ਹੁੰਦੀ ਫਿਰ ਅਸੀਂ ਕੀ ਕਰਨਾ ਜੀ ਕੇ ਇੱਦਾਂ ਸਾਨੂੰ ਤੜ ਤੁਰ ਕੇ ਮਰਨਾ ਹੀ ਹੈ ਕਦੇ ਕਿਸੇ ਦੇ ਸੱਟ ਲਾ ਦਿੱਤੀ ਕਦੇ ਕਿਸੇ ਦੇ ਸੱਟ ਲਾ ਦਿੱਤੀ ਇਹ ਘਰ ਰਾਤੀ ਲੜਾਈ ਹੋਈ ਸੀਗੀ ਤਿੱਬੜ ਅਤੇ ਉਸ ਤੋਂ ਬਾਅਦ ਇੱਥੇ ਐਡਮਿਟ ਹੋ ਗਈਆਂ ਪਾਰਟੀਆਂ ਅਤੇ ਲੜਕੀ ਹੈ ਇੱਕ ਤਾਂ ਉਹਦਾ ਫਾਦਰ ਹੈ ਅਤੇ ਲੜਕੀ ਦਾ ਵਰਜਨ ਇਹ ਆ ਕਿ ਮੇਰੇ ਫਾਦਰ ਨੂੰ ਕੁੱਟਿਆ ਵਾ ਅਤੇ ਮੇਰੇ ਕਿਸੇ ਨਾਲ ਸੰਬੰਧ ਸੀਗੇ ਪਹਿਲਾਂ ਉਹਨੇ ਮੇਰੇ ਤੋਂ ਕੋਈ 20-25 ਦਿਨ ਪਹਿਲਾਂ ਮੇਰੇ 'ਤੇ ਤੇਜ਼ਾਬ ਵਗੈਰਾ ਸੁੱਟਿਆ ਅਤੇ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਨਹੀਂ ਜ਼ਬਰਦਸਤੀ ਚੁੱਕਣ ਵਾਲੀ ਨਹੀਂ ਕੋਈ ਗੱਲ ਨੋਟਿਸ ਵਿੱਚ ਆਈ ਕਿਉਂਕਿ ਲੜਕੀ ਆਪ ਖੁਦ ਕੱਲ੍ਹ ਸ਼ਾਮੀ ਥਾਣੇ ਆਈ ਸੀ ਉਦੋਂ ਇਹਦੇ ਇਹੀ ਕਿਹਾ ਸੀਗਾ ਸਟੇਟਮੈਂਟ ਦਿੱਤੀ ਸੀ ਕਿ ਮੇਰੇ ਫਾਦਰ ਸਾਹਿਬ ਨੂੰ ਕੁੱਟਿਆ ਹੈ ਅਸੀਂ ਸਟੇਟਮੈਂਟ ਲੈ ਰਹੇ ਹਾਂ ਸਟੇਟਮੈਂਟ ਲੈਣ ਤੋਂ ਬਾਅਦ ਜੋ ਵੀ ਡਾਕਟਰ ਦੀ ਓਪੀਨੀਅਨ ਲੈ ਕੇ ਜੋ ਬਣਦੀ ਕਰ